ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਾਂ ਗੱਲ ਕਰਾਂਗੇ ਜੀ ਦੁਨੀਆ ਦੀ ਰਹੱਸਮਈ ਜਗ੍ਹਾ ਵਿੱਚੋਂ ਇੱਕ ਗ੍ਰੇਟ ਬਲੂ ਹੋਲ ਦੀ। ਇਹ ਇੱਕ ਇਦਾਂ ਦੀ ਜਗ੍ਹਾ ਹੈ ਜੋ ਲੱਖਾਂ ਸਾਲ ਪਹਿਲਾਂ ਸਮੁੰਦਰ ਵਿੱਚ ਗੁਫਾ ਦੇ ਰੂਪ ਵਿੱਚ ਸਥਿਤ ਹੈ। ਇਹ ਇੱਕ ਗੋਲਾਕਾਰ ਗੁਫਾ ਹੈ ਅਤੇ ਇਹਦਾ ਘੇਰਾ 318 ਮੀਟਰ ਅਤੇ ਗਹਿਰਾਈ 125 ਮੀਟਰ ਹੈ। ਇਸ ਜਗ੍ਹਾ ਨੂੰ ਸਕੂਬਾ ਡਾਈਵਿੰਗ ਦੇ ਲਈ ਦੁਨੀਆ ਦੀ ਸਭ ਤੋਂ ਉੱਤਮ ਜਗ੍ਹਾ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਸ ਗੁਫਾ ਨੂੰ ਵੇਖਣ ਲਈ ਪੂਰੀ ਦੁਨੀਆ ਤੋਂ ਲੋਕ ਆਉਂਦੇ ਹਨ। ਗ੍ਰੇਟ ਬਲੂ ਹੋਲ 15,000 ਸਾਲ ਪਹਿਲਾਂ ਆਪਣੀ ਹੋਂਦ ਵਿੱਚ ਆਈ ਸੀ। ਇਸ ਗੁਫਾ ਦਾ ਨਿਰਮਾਣ ਉਦੋਂ ਹੋਇਆ ਸੀ ਜਦੋਂ ਇਹ ਗੁਫਾ ਸਮੁੰਦਰ ਦੇ ਉੱਪਰ ਵੀ ਦਿਖਾਈ ਦਿੰਦੀ ਸੀ, ਪਰ ਵੱਧਦੇ ਸਮੁੰਦਰ ਦੇ ਪਾਣੀ ਕਾਰਨ ਇਹ ਗੁਫਾ ਪਾਣੀ ਵਿੱਚ ਹੀ ਡੁੱਬ ਗਈ। ਪਰ ਕਿਹਾ ਜਾਂਦਾ ਹੈ ਕਿ ਇਸ ਗੁਫਾ ਦੇ ਅੰਦਰ ਕਈ ਹੋਰ ਵੀ ਗੁਫਾਵਾਂ ਮੌਜੂਦ ਹਨ। ਗ੍ਰੇਟ ਬਲੂ ਹੋਲ ਮੱਧ ਅਮਰੀਕਾ ਦੇ ਬੇਲੀਜ਼ ਦੇਸ਼ ਵਿੱਚ ਮੌਜੂਦ ਹੈ। ਇਹ ਗੁਫਾ ਪੂਰੀ ਤਰ੍ਹਾਂ ਚੂਨੇ ਨਾਲ ਬਣੀ ਹੋਈ ਹੈ। ਇਸ ਸਮੁੰਦਰੀ ਗੁਫਾ ਵਿੱਚ ਕਈ ਤਰ੍ਹਾਂ ਦੀਆਂ ਮਛਲੀਆਂ ਅਤੇ ਹੋਰ ਕਈ ਤਰ੍ਹਾਂ ਦੀਆਂ ਪ੍ਰਜਾਤੀਆਂ ਦੇ ਜੀਵ ਵੀ ਪਾਏ ਜਾਂਦੇ ਹਨ। ਗ੍ਰੇਟ ਬਲੂ ਹੋਲ ਨੂੰ ਦੇਖਣ ਲਈ ਪੂਰੀ ਦੁਨੀਆ ਦੇ ਗੋਤਾਖੋਰ ਇੱਥੇ ਇਸ ਗੁਫਾ ਦੇ ਥੱਲੇ ਸਟ੍ਰਕਟਾਈਟ ਫੋਰਮੇਸ਼ਨ ਨੂੰ ਦੇਖਣ ਆਉਂਦੇ ਹਨ ਅਤੇ ਇਸ ਗੁਫਾ ਦੇ ਰਹੱਸ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹਨ। ਇਸ ਜਗ੍ਹਾ ਨੂੰ ਪੂਰੀ ਦੁਨੀਆ ਦੇ ਸਾਹਮਣੇ ਲਿਆਉਣ ਦਾ ਕ੍ਰੈਡਿਟ ਫਰਾਂਸ ਦੇ ਵਿਗਿਆਨੀ ਜੈਕਸ ਕੋਸਟੂ ਨੂੰ ਦਿੱਤਾ ਗਿਆ ਹੈ। ਜੈਕਸ ਕੋਸਟੂ ਸਾਲ 1971 ਵਿੱਚ ਆਪਣਾ ਸਮੁੰਦਰੀ ਜਹਾਜ਼ ਲੈ ਕੇ ਸਮੁੰਦਰ ਦੀ ਗਹਿਰਾਈ ਨੂੰ ਨਾਪਣ ਗਿਆ ਸੀ। ਗ੍ਰੇਟ ਬਲੂ ਹੋਲ ਨੂੰ 2012 ਵਿੱਚ ਡਿਸਕਵਰੀ ਚੈਨਲ ਨੇ ਧਰਤੀ ਦੀ 10 ਸਭ ਤੋਂ ਅਦਭੁਤ ਥਾਵਾਂ ਵਿੱਚੋਂ ਨੰਬਰ 1 ਤੇ ਰੱਖਿਆ ਸੀ। ਗ੍ਰੇਟ ਬਲੂ ਹੋਲ ਦੁਨੀਆ ਦਾ ਸਭ ਤੋਂ ਵੱਡਾ ਕੁਦਰਤੀ ਨਿਰਮਾਣ ਹੈ। ਰਹੱਸ ਨਾਲ ਭਰੀ ਇਹ ਜਗ੍ਹਾ ਯੂਨੈਸਕੋ ਦੀ ਵਿਸ਼ਵ ਵਿਰਾਸਤ ਮੰਜ਼ਲਾਂ ਵਿੱਚੋਂ ਇੱਕ ਬੇਲੀਜ਼ ਬੈਰੀਅਰ ਰੀਫ ਸਿਸਟਮ ਦਾ ਵੀ ਹਿੱਸਾ ਹੈ। ਦਸੰਬਰ 2018 ਵਿੱਚ ਦੋ ਪਣਡੁੱਬੀਆਂ ਆਪਣਾ ਅੰਦਰੂਨੀ ਨਕਸ਼ਾ ਬਣਾਉਣ ਵਿੱਚ ਗ੍ਰੇਟ ਬਲੂ ਹੋਲ ਵਿੱਚ ਉਤਰ ਗਈਆਂ ਸਨ। ਸੋਨਾਰ ਸਕੈਨਿੰਗ ਦੀ ਵਰਤੋਂ ਕਰਦੇ ਹੋਏ ਟੀਮ ਲਗਭਗ 1000 ਚੌੜੇ ਛੇਦ ਦੇ 3D ਪਿਕਚਰ ਨੂੰ ਪੂਰਾ ਕਰਨ ਵਿੱਚ ਸਫਲ ਹੋ ਗਈ ਸੀ। ਗ੍ਰੇਟ ਬਲੂ ਹੋਲ ਨੂੰ ਦੁਨੀਆ ਦੇ ਚੋਟੀ ਦੇ ਸਕੂਬਾ ਡਾਈਵਿੰਗ ਸਥਾਨਾਂ ਵਿੱਚੋਂ ਨੰਬਰ 1 ਦਾ ਦਰਜਾ ਦਿੱਤਾ ਗਿਆ ਹੈ। ਸੋ ਇਹ ਸੀ ਜੀ ਗ੍ਰੇਟ ਬਲੂ ਹੋਲ ਬਾਰੇ ਕੁਝ ਰੋਚਕ ਤੱਥ। ਵੀਡੀਓ ਚੰਗੀ ਲੱਗੇ ਤਾਂ ਲਾਈਕ, ਸ਼ੇਅਰ ਅਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਸੋ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ। ਧੰਨਵਾਦ।